ਕੀ ਹੈ ਨਾ, ਮਤਲਬ ਜਿਹੜਾ ਜ਼ਿਮੀਂਦਾਰ ਹੈਗਾ ਮਤਲਬ ਸੰਘ ਮੰਨਦਾ ਹੈਗਾ ਕੰਮ ਕਰਨ ਤੋਂ, ਫਿਰ ਪਹਿਲਾਂ ਪੈਸਾ ਕਿੱਥੋਂ ਆਊਗਾ, ਆਖਣਗੇ ਯਾਰ ਕੀ ਕੀਤਾ ਇਹ ਤਾਂ ਗਰੀਬਾਂ ਵਾਲਾ ਹੈਗਾ। ਮੈਨੂੰ ਵੀ ਬੜਿਆਂ ਨੇ ਕਿਹਾ ਸੀ ਪਹਿਲਾਂ ਜੇ ਕਿਹਾ ਸੀਗਾ ਕਿ ਕਹਿੰਦੇ ਮੈਨੂੰ ਕਿ ਤੈਨੂੰ ਸੂਰਾਂ ਵਾਲਾ ਕਹਿਣ ਲੱਗ ਜਾਣਗੇ, ਮੈਂ ਕਿਹਾ ਵਧੀਆ ਯਾਰ ਸੂਰ ਫਾਰਮ ਵਾਲਾ ਤਾਂ ਕਹਿਣਗੇ। ਸਾਨੂੰ 2011 ਦੇ ਵਿੱਚ ਨਾ ਪੰਜਾਬ ਸਟੇਟ ਅਵਾਰਡ ਮਿਲੇਗਾ, ਮੁੱਖ ਮੰਤਰੀ ਅਵਾਰਡ ਆ ਜਿਹੜਾ, ਸੀਮਤ ਜੇ ਸਾਧਨਾਂ ਨਾਲ ਹੀ ਕੀਤਾ, ਕੋਈ ਅਸੀਂ ਬਾਹਲੇ ਵੱਡੇ ਫਾਰਮਰ ਤਾਂ ਹੈ ਨੀਗੇ। ਉਦੋਂ ਮੈਂ 2.5 ਏਕੜ ਦੇ ਵਿੱਚ ਸ਼ੁਰੂ ਕੀਤਾ ਹੈਗਾ 92 ਦੇ ਵਿੱਚ, ਹੁਣ ਮੇਰੇ ਕੋਲ 11 ਏਕੜ ਦੇ ਵਿੱਚ ਸਮਝ ਲਓ ਵੀ ਮੱਛੀ ਫਾਰਮ ਹੈਗਾ। ਸੂਰ ਰੱਖ ਕੇ ਅਤੇ ਕਿੰਨੇ ਕੁਇੰਟਲ ਮੱਛੀ ਪੈਦਾ ਹੋ ਜਾਂਦੀ ਹੈ? 200 ਕੁਇੰਟਲ ਮੱਛੀ ਪੈਦਾ ਹੋ ਜਾਂਦੀ ਹੈਗੀ, 100 ਰੁਪਏ ਤੋਂ ਲੈ ਕੇ 120 ਰੁਪਏ ਤੱਕ ਮਤਲਬ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ। ਇਹ 11 ਕਿੱਲਿਆਂ ਦਾ ਫਾਰਮ ਘੱਟੋ ਘੱਟ 50 ਕਿੱਲਿਆਂ ਦੇ ਬਰਾਬਰ ਸਮਝ ਲਓ ਵੀ ਸਾਨੂੰ ਇਹ ਇਨਕਮ ਦਿੰਦਾ ਹੈਗਾ। ਅਸੀਂ ਇਹਨੂੰ ਪ੍ਰੋਸੈਸ ਕਰਕੇ ਵੇਚਦੇ ਹਾਂ, ਜਿਵੇਂ ਪੋਰਕ ਪਿਕਲ ਹੈਗਾ, ਮਟਨ ਹੈਗਾ, ਜਿਹੜਾ ਮਟਨ ਹੈਗਾ ਬੱਕਰੀ ਦਾ ਅਚਾਰ ਹੈਗਾ, ਇਹ ਵੇਚਦੇ ਹਾਂ ਅਤੇ ਅਸੀਂ ਇੱਥੇ ਹੀ ਵੇਚਦੇ ਹਾਂ, ਬਾਹਰ ਤਾਂ ਕਿਤੇ ਕੋਈ ਦੁਕਾਨ ਤੱਕ ਹੀ ਨਹੀਂ ਹੈਗੀ। ਇਹ ਮਤਲਬ ਤਾਂ ਤੁਸੀਂ ਕੋਈ ਬ੍ਰਾਂਡ ਵੀ ਬਣਾਇਆ ਹੋਇਆ ਪੈਕਿੰਗ ਕਰਕੇ ਵੇਚਦੇ? ਹਾਂ, ਪੈਕ ਕਰਕੇ ਵੇਚਦੇ, ਅਸੀਂ ਬ੍ਰਾਂਡ ਬਣਾਇਆ ਹੋਇਆ ਹੈ ਖਿਆਲਾ ਇੰਟੈਗ੍ਰੇਟਡ ਫਿਸ਼ ਫਾਰਮਿੰਗ। ਸਾਨੂੰ 2011 ਦੇ ਵਿੱਚ ਨਾ ਪੰਜਾਬ ਸਟੇਟ ਅਵਾਰਡ ਮਿਲੇਗਾ, ਮੁੱਖ ਮੰਤਰੀ ਅਵਾਰਡ ਆ ਜਿਹੜਾ। ਇਹ ਮੈਂ 81 ਦੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਖੇਤੀ ਦੇ ਨਾਲ ਨਾਲ ਮੈਂ ਪੰਚਾਇਤੀ ਪੁੰਡ ਠੇਕੇ 'ਤੇ ਲੈ ਕੇ ਨਾ ਮੱਛੀ ਦਾ ਕੰਮ ਸ਼ੁਰੂ ਕੀਤਾ ਸੀਗਾ। ਮਾਨਸਾ ਤੋਂ ਟ੍ਰੇਨਿੰਗ ਲਈ ਸੀਗੀ ਇਹ ਮੱਛੀ ਪਾਲਣ ਵਿਭਾਗ ਤੋਂ, ਅਤੇ ਮੈਨੂੰ ਉਦੋਂ ਉਸ ਟਾਈਮ ਦੇ ਵਿੱਚ 72,000 ਰੁਪਇਆ ਸਮਝ ਲਿਆ ਵੀ ਮੈਨੂੰ ਪ੍ਰੋਫਿਟ ਹੋ ਗਿਆ ਸੀਗਾ। ਫਿਰ ਮੈਂ ਇੱਥੇ 2.5 ਕਿੱਲੇ ਜ਼ਮੀਨ ਦੇ ਮੁੱਲ ਖਰੀਦ ਕੇ ਨਾ 2.5 ਏਕੜ ਮੇਰੇ ਕੋਲ ਆਪਦੀ ਜੱਦੀ ਮਤਲਬ ਜਾਇਦਾਦ ਸੀਗੀ, ਇਹਦੇ ਵਿੱਚ ਮੈਂ ਸਮਝ ਲਿਆ ਵੀ ਮੱਛੀ ਪਾਲਣ ਦਾ ਇਹਦੇ ਵਿੱਚ ਸਾਰੇ 'ਚ ਸ਼ੁਰੂ ਕਰਤਾ। ਫਿਰ ਮੈਂ ਯੂਨੀਵਰਸਿਟੀ ਗਿਆ, ਪਿਗਰੀ ਦਾ ਉੱਥੇ ਸਟਾਲ ਲੱਗੀ ਹੋਈ ਸੀਗੀ, ਉਹ ਕਹਿੰਦੇ ਵੀ ਤੁਸੀਂ ਮੱਛੀ ਦੇ ਨਾਲ ਨਾਲ ਵੀ ਥੋੜ੍ਹਾ ਜਿਹਾ ਸੂਰ ਪਾਲਣ ਦਾ ਕਰੋ। 2007 ਦੇ ਵਿੱਚ ਮੈਂ ਫਿਰ ਸੂਰ ਪਾਲਣ ਦਾ ਧੰਦੇ ਨੂੰ ਸਟਾਰਟ ਕਰ ਲਿਆ। ਮੱਛੀ ਫਾਰਮ ਦਾ ਜਿਹੜਾ ਪਾਣੀ ਹੈਗਾ ਉਹਨੂੰ ਮਤਲਬ ਵੀ 3 ਸਟੇਜਾਂ ਦੇ ਵਿੱਚ ਵਰਤਦੇ ਹਾਂ। ਪਹਿਲੀ ਸਟੇਜ ਤਾਂ ਅਸੀਂ ਮਤਲਬ ਵੀ ਸੂਰਾਂ ਨੂੰ ਨਵਾਉਂਦੇ ਹੈਗੇ, ਉਹਦਾ ਜਿਹੜਾ ਵੇਸਟ ਪਾਣੀ ਉਹ ਛੱਪੜ 'ਚ ਜਾਂਦਾ ਹੈਗਾ, ਕਿਉਂ ਮੱਛੀ ਨੂੰ ਜਿਹੜੀ ਪ੍ਰੋਪਰ ਜਿਹੜੀ ਸੂਰਾਂ ਦੀ ਵੇਸਟ ਦੇ ਵਿੱਚ 35% ਤੋਂ ਲੈ ਕੇ 45% ਤੱਕ ਜਿਹੜੀ ਖੁਰਾਕ ਹੈ ਉਹ ਵੇਸਟ ਵਗ ਜਾਂਦੀ ਹੈ, ਉਹ ਮੱਛੀ ਡਾਇਰੈਕਟ ਰੂਪ ਦੇ ਵਿੱਚ ਵੀ ਮੱਛੀ ਲੈ ਲੈਂਦੀ ਹੈਗੀ, ਉਹਨੂੰ ਕੰਜ਼ੂਮ ਕਰ ਲੈਂਦੀ ਹੈਗੀ, ਉਹਦੇ ਵਿੱਚ ਜੋ ਦਾਣਾ ਹੁੰਦਾ ਉਹ ਵੀ ਮਤਲਬ ਵੀ ਖਾ ਲੈਂਦੀ ਹੈਗੀ। ਛੱਪੜ ਤੋਂ ਅਸੀਂ ਮੱਛੀ ਪੈਦਾ ਕਰਦੇ ਹਾਂ, ਪਾਲ ਦਿਆਂਗੇ, ਉਹਦੇ ਵੇਸਟ ਪਾਣੀ ਨਾਲ ਜਿਹੜਾ ਅਸੀਂ ਫਸਲਾਂ ਨੂੰ ਪਾਣੀ ਲਾਉਂਦੇ ਹੈਗੇ, ਉਹਦੇ ਵਿੱਚ ਕੀ ਹੈ ਸਾਨੂੰ ਇੱਕ ਤਾਂ ਫਰਟੀਲਾਈਜ਼ਰ ਬਹੁਤ ਘੱਟ ਪਾਉਣੀ ਪੈਂਦੀ ਹੈਗੀ, ਅੱਧੀ ਫਰਟੀਲਾਈਜ਼ਰ ਪਾਉਣੀ ਪੈਂਦੀ ਹੈਗੀ, ਜਿਵੇਂ ਯੂਰੀਆ DAP ਹੈਗੀ ਜਾਂ ਪੋਟਾਸ ਹੈਗੀ, ਉਹ ਸਾਡਾ ਇਸ ਪਾਣੀ ਨਾਲ ਸਮਝ ਲਿਆ ਵੀ ਬਹੁਤ ਜ਼ਿਆਦਾ ਤੱਤ ਆ ਜਿਹੜੇ, ਅਤੇ ਉਹ ਖੇਤੀ ਵਾਸਤੇ ਉਹ ਵਧੀਆ ਚੱਲੇ ਜਾਂਦੇ ਨੇਗੇ। ਅਤੇ ਇਸ ਢੰਗ ਨਾਲ ਅਸੀਂ ਸੀਮਤ ਜੇ ਸਾਧਨਾਂ ਨਾਲ ਹੀ ਕੀਤਾ, ਕੋਈ ਅਸੀਂ ਬਾਹਲੇ ਵੱਡੇ ਫਾਰਮਰ ਤਾਂ ਹੈ ਨੀਗੇ। ਉਦੋਂ ਮੈਂ 2.5 ਏਕੜ ਦੇ ਵਿੱਚ ਸ਼ੁਰੂ ਕੀਤਾ ਹੈਗਾ 92 ਦੇ ਵਿੱਚ, ਹੁਣ ਮੇਰੇ ਕੋਲ 11 ਏਕੜ ਦੇ ਵਿੱਚ ਸਮਝ ਲਿਆ ਵੀ ਮੱਛੀ ਫਾਰਮ ਹੈਗਾ। ਇਹ ਸਾਰੀ ਬਾਅਦ 'ਚ ਵਧਾਈ? ਹਾਂ, ਬਾਅਦ ਦੇ ਵਿੱਚ ਮੈਂ ਖਰੀਦੀ ਵੀ ਹੈ ਇਹ, ਜਿਵੇਂ ਹੁਣ ਮੇਰਾ 5 ਏਕੜ ਦਾ ਪਾਉਂਡ ਹੈਗਾ, ਇਹਦੇ ਵਿੱਚ ਮਤਲਬ 80 ਜਾਨਵਰਾਂ ਦੀ ਜਿਹੜੀ ਵੇਸਟ ਹੈਗੀ ਇਹ ਚੱਲ ਜਾਂਦਾ ਹੈਗਾ। ਬੱਕਰੀਆਂ ਦੀ ਜਿਹੜੀ ਵੇਸਟ ਹੈਗੀ ਉਹ ਤਾਂ ਅਸੀਂ ਖੇਤੀ ਦੇ ਵਿੱਚ ਹੀ ਵਰਤਦੇ ਹੈਗੇ, ਕਿਉਂ ਉਹਦੇ ਵਿੱਚ ਨੀਰਾ ਚਾਰਾ ਹੁੰਦਾ ਹੈਗਾ, ਉਹ ਨੀਰਾ ਚਾਰੇ ਨਾਲ ਤਾਂ ਫਿਰ ਇਹ ਮੱਛੀ ਪਲਦੀ ਨਹੀਂ ਹੈਗੀ, ਗੈਸਾਂ ਪੈਦਾ ਹੋ ਜਾਣੀਆਂ ਹੈਗੀਆਂ। ਜਿਵੇਂ ਮੇਰੇ ਕੋਲ 110-112 ਬੱਕਰੀਆਂ ਨੇਗੀਆਂ, ਇਹਦੇ ਵਿੱਚ ਮੈਂ 250 ਜਿਹੜੀਆਂ ਮੁਰਗੀਆਂ ਰੱਖਦਾਂਗਾ, ਅਤੇ ਜਦੋਂ ਬੱਕਰੀਆਂ ਮਤਲਬ ਖਾਣ ਲੱਗੀ ਨੇ, ਬੱਕਰੀ ਨੇ ਬਾਹਰ ਹਰਾ ਸਿੜਤਾ ਜਾਂ ਉਹਨੇ ਨੀਰਾ ਸਿੜਤਾ ਉਹਦੇ ਵਿੱਚ ਜਾਂ ਕੋਈ ਦਾਣੇ ਪਾਏ ਤਾਂ ਉਹਨੇ ਬੱਕਰੀ ਨੇ ਦਾਣੇ ਬਾਹਰ ਸਿੜਤੇ, ਉਹ ਵੇਸਟ ਖਾ ਕੇ ਸਮਝ ਲਿਆ ਵੀ ਮੇਰੀਆਂ 250 ਮੁਰਗੀਆਂ ਸਮਝ ਲਿਆ ਵੀ ਮੁਰਗੀਆਂ ਉਹ ਪਲੀ ਜਾਂਦੀਆਂ। ਇੱਕ ਤਾਂ ਸਾਨੂੰ ਦੇਸੀ ਆਂਡਾ ਮਿਲੀ ਜਾਂਦਾ ਹੈਗਾ, ਬਾਕੀ ਸਾਡੇ ਜਿਹੜੇ ਮੁਰਗੇ ਨੇਗੇ ਉਹ ਕੋਈ 500 ਦਾ ਮੁਰਗਾ, ਕੋਈ 700 ਦਾ ਮੁਰਗਾ, ਅਤੇ ਉਹ ਸਾਨੂੰ ਵਿਕ ਜਾਂਦੇ, ਉਹ ਸਾਡੀ ਆਮਦਨ ਦੇ ਵਿੱਚ ਵਾਧਾ ਹੁੰਦਾ ਰਹਿੰਦਾ ਹੈਗਾ। ਅਸੀਂ ਇਹਨੂੰ ਪ੍ਰੋਸੈਸ ਕਰਕੇ ਵੇਚਦੇ ਹਾਂ, ਜਿਵੇਂ ਪੋਰਕ ਪਿਕਲ ਹੈਗਾ, ਮਟਨ ਹੈਗਾ, ਜਿਹੜਾ ਮਟਨ ਹੈਗਾ ਬੱਕਰੀ ਦਾ ਅਚਾਰ ਹੈਗਾ, ਇਹ ਵੇਚਦੇ ਹਾਂ, ਅਤੇ ਅਸੀਂ ਇੱਥੇ ਹੀ ਵੇਚਦੇ ਹਾਂ, ਬਾਹਰ ਤਾਂ ਕਿਤੇ ਕੋਈ ਦੁਕਾਨ ਤੱਕ ਹੀ ਨਹੀਂ ਹੈਗੀ, ਅਤੇ ਇੱਥੋਂ ਹੀ ਆ ਕੇ ਮਤਲਬ ਵੀ ਗਾਹਕ ਲਈ ਜਾਂਦਾ ਹੈਗਾ। ਜਿਹੜਾ ਮੱਛੀ ਲੈ ਕੇ ਜਾਂਦਾ ਹੈਗਾ ਉਹ ਮਤਲਬ ਵੀ ਲੁਧਿਆਣੇ ਸਾਡੇ ਨਾਲ ਪਾਰਟੀ ਨਾਲ ਕੰਟੈਕਟ ਕੀਤੇ ਹੁੰਦੇ ਨੇਗੇ, ਅਤੇ ਉਹ ਆ ਕੇ ਆਪਦੇ ਜਾਲ ਪਾ ਕੇ ਅਤੇ ਮੱਛੀ ਉਹ ਤੋਲ ਕੇ ਲੈ ਜਾਂਦੇ, ਅਤੇ ਸਾਨੂੰ ਕੈਸ਼ ਪੇਮੈਂਟ ਦੇ ਦਿੰਦੇ ਨੇਗੇ, ਕੋਈ ਆਧਾਰ ਨਹੀਂ। ਕੰਮ ਤਾਂ ਮਤਲਬ ਵੀ ਇਸ ਲੈਣ ਦੇ ਵਿੱਚ ਇੰਨਾ ਹੈਗਾ ਵੀ ਮੱਛੀ ਦੇ ਕੰਮ ਤੋਂ ਹਟੀ ਦਾ ਹੈਗਾ, ਮੀਟ ਪ੍ਰੋਡਕਟ ਦਾ ਕੰਮ ਸ਼ੁਰੂ ਹੋ ਜਾਂਦਾ ਹੈਗਾ। ਮੀਟ ਪ੍ਰੋਡਕਟ ਦਾ ਕੰਮ ਜਿਹੜਾ ਜਦੋਂ ਖਤਮ ਹੁੰਦਾ ਹੈਗਾ ਮਾਰਚ ਦੇ ਵਿੱਚ, ਫਿਰ ਅਸੀਂ ਮੱਛੀ ਦਾ ਬੱਚਾ ਪਾਉਂਦੇ ਹੈਗੇ ਇਹਦੇ ਵਿੱਚ, ਫਿਰ ਮਈ ਦੇ ਵਿੱਚ ਅਸੀਂ ਬੱਚਾ ਫਿਰ ਪੂੰਗ ਤਿਆਰ ਕਰਦੇ ਹੈਗੇ, ਮਈ ਜੂਨ ਜੁਲਾਈ ਅਗਸਤ ਤੱਕ ਬੱਚਾ ਤਿਆਰ ਕਰਦੇ ਹਾਂ, ਸਤੰਬਰ ਅਕਤੂਬਰ ਦੇ ਵਿੱਚ ਫਿਰ ਜਾ ਕੇ ਮਤਲਬ ਵੀ ਸਾਡਾ ਮੀਟ ਪ੍ਰੋਡਕਟ ਦਾ ਕੰਮ ਸ਼ੁਰੂ ਹੋ ਜਾਂਦਾ ਹੈਗਾ। ਮੁਰਗੇ ਸਾਰਾ ਸਾਲ ਹੀ ਵਿਕਦੇ ਰਹਿੰਦੇ ਆ ਜਾਂ ਇਹਦਾ ਵੀ ਕੋਈ ਸੀਜ਼ਨ? ਮੁਰਗੇ ਦਾ ਮਤਲਬ ਵੀ ਆਲਮੋਸਟ ਬਿਜਲੀ ਦੇ ਰਹਿੰਦੇ ਨੇ ਗਏ, ਅਤੇ ਦੇਸੀ ਆਂਡੇ ਦਾ ਥੋੜ੍ਹਾ ਜਿਹਾ ਗਰਮੀ ਦੇ ਵਿੱਚ ਘੱਟ ਵਿਕਦਾ ਹੈਗਾ, ਇਹ ਗਰਮੀਆਂ ਦੇ ਵਿੱਚ ਆਂਡਾ ਹੁੰਦਾ ਹੈਗਾ ਉਹ ਅਸੀਂ ਫਿਰ ਸੂਰਾਂ ਦੀ ਖੁਰਾਕ ਦੇ ਵਿੱਚ ਹੀ ਪਾ ਦਿੰਦੇ ਹੈਗੇ। ਜਿਹੜੀ ਮੱਛੀ ਹੈ ਇਹ ਮਤਲਬ ਸੂਰ ਰੱਖ ਕੇ ਅਤੇ ਕਿੰਨੇ ਕੁਇੰਟਲ ਮੱਛੀ ਪੈਦਾ ਹੋ ਜਾਂਦੀ ਹੈ? ਇਹ ਮੇਰਾ 5 ਏਕੜ ਦੇ ਵਿੱਚੋਂ 200 ਕੁਇੰਟਲ ਮੱਛੀ ਪੈਦਾ ਹੋ ਜਾਂਦੀ ਹੈਗੀ, 100 ਰੁਪਏ ਤੋਂ ਲੈ ਕੇ 120 ਰੁਪਏ ਤੱਕ ਮਤਲਬ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ। ਜਿਹੜਾ ਤੁਸੀਂ
ਮੀਟ ਵੇਚਦੇ ਹੋ ਮੁਰਗੇ ਦਾ ਜਾਂ ਬੱਕਰੇ ਦਾ ਜਾਂ ਸੂਰ ਦਾ, ਇਹ ਮਤਲਬ ਫਿਰ ਤੁਸੀਂ ਕੋਈ ਬ੍ਰਾਂਡ ਵੀ ਬਣਾਇਆ ਹੋਇਆ ਪੈਕਿੰਗ ਕਰਕੇ ਵੇਚਦੇ ਹੋ? ਹਾਂ, ਪੈਕ ਕਰਕੇ ਵੇਚਦੇ ਅਸੀਂ, ਬ੍ਰਾਂਡ ਬਣਾਇਆ ਹੋਇਆ ਹੈ ਖਿਆਲਾ ਇੰਟੈਗ੍ਰੇਟਡ ਫਿਸ਼ ਫਾਰਮਿੰਗ। ਜਿਹੜੀ ਇੱਕ ਚੀਜ਼ ਨਾ ਮੈਂ ਅੱਗੇ ਪਿੱਛੇ ਸਟੋਰੀ ਕੀਤੀ ਸੀ, ਉਹਦੇ 'ਚ ਮਤਲਬ ਇੱਕ ਕਿਸਾਨ ਨੇ ਮੱਛੀ ਫਾਰਮ ਦੇ ਵਿੱਚ ਮੁਰਗੀਆਂ ਦੀ ਵੇਸਟੇਜ ਪਾਉਂਦਾ ਸੀ, ਮੁਰਗੀਆਂ ਰੱਖੀਆਂ ਹੋਈਆਂ ਉਸ ਵਿੱਚ। ਕਈ ਲੋਕਾਂ ਦੇ ਕਮੈਂਟ ਆਉਂਦੇ ਨੇ ਵੀ ਇਹ ਗੰਦ ਖਾ ਕੇ ਪਲਦੇ ਨੇ, ਇਹ ਮੱਛੀ ਦੀ ਕੀ ਕੁਆਲਿਟੀ ਹੋਣੀ ਹੈ, ਤੁਸੀਂ ਸੂਰਾਂ ਦੀ ਵੇਸਟੇਜ ਪਾਉਂਦੇ ਹੋ? ਨਹੀਂ, ਉਹ ਜਿਹੜੀ ਮੱਛੀ ਹੈਗੀ ਨਾ, ਮੱਛੀ ਕੀ ਹੈ, ਜਿਵੇਂ ਹੁਣ ਗੋਹਾ ਹੈਗਾ, ਗੋਹੇ ਦੇ ਵਿੱਚੋਂ ਪਲੈਕਟਨ ਬਣਦੇ ਨੇਗੇ। ਇੱਕ ਤਾਂ ਮਤਲਬ ਇਹ ਹੁੰਦੇ ਨੇ ਜੂ ਪਲੈਕਟਨ ਹੁੰਦੇ ਨੇਗੇ, ਜਿਹੜੇ ਮੱਛੀ ਨੂੰ ਜ਼ਰੂਰੀ ਨੇਗੇ ਵਧਣ ਵਾਸਤੇ, ਉਹਦੀ ਗਰੋਥ ਵਾਸਤੇ। ਇੱਕ ਹੁੰਦਾ ਹੈ ਫਾਈਟੋਪਲੈਕਟਨ, ਫਾਈਟੋਪਲੈਕਟਨ ਉਹ ਹੁੰਦੇ ਨੇਗੇ ਜਿਵੇਂ ਇਹ ਸੂਖਮ ਪਾਣੀ ਦੇ ਵਿੱਚ ਨਾ ਪੌਦੇ ਹੁੰਦੇ ਨੇਗੇ, ਜੋ ਨੰਗੀ ਅੱਖ ਨਾਲ ਨਹੀਂ ਦਿੰਦੇ ਹੈਗੇ, ਆਪਾਂ ਨੂੰ ਹਰੇ ਵਾਈ ਦਿਸੂਗੀ, ਅਤੇ ਉਹ ਪੌਦਿਆਂ ਨੂੰ ਮਤਲਬ ਵੀ ਮੱਛੀ ਖਾ ਕੇ ਸਮਝ ਲੈ ਵੀ ਉਹ ਆਪਦਾ ਵਿਕਾਸ ਕਰਦੀ ਹੈਗੀ। ਇਹ ਜਿਹੜੀ ਆਪਾਂ ਜਿੰਨਾ ਵੀ ਸਾਰਾ ਪ੍ਰੋਸੈਸ ਆ, ਜੇ ਆਪਾਂ ਇਹਦੀ ਰਵਾਇਤੀ ਖੇਤੀ ਨਾਲ ਇਹਦਾ ਕੰਪੈਰੀਜ਼ਨ ਕਰੀਏ, ਤਾਂ ਇਹ ਜਿਹੜਾ ਤੁਹਾਡਾ 10-11 ਕਿੱਲਿਆਂ ਦਾ ਫਾਰਮ ਹੈ, ਤਾਂ ਉਹਦੇ ਰਵਾਇਤੀ ਖੇਤੀ ਦੇ ਮੁਕਾਬਲੇ ਕਿੰਨੇ ਕਿੱਲਿਆਂ ਦੇ ਮੁਕਾਬਲੇ ਆਮਦਨ ਦੇ ਦਿੰਦਾ ਇਹ? 11 ਕਿੱਲਿਆਂ ਦਾ ਫਾਰਮ ਘੱਟੋ ਘੱਟ 50 ਕਿੱਲਿਆਂ ਦੇ ਬਰਾਬਰ ਸਮਝ ਲਿਆ ਵੀ ਸਾਨੂੰ ਇਹ ਇਨਕਮ ਦਿੰਦਾ ਹੈਗਾ। ਕਿਸਾਨ ਫਿਰ ਇੱਧਰ ਕਿਉਂ ਨਹੀਂ ਆ ਰਹੇ, ਮਤਲਬ ਕਣਕ ਝੋਨੇ 'ਚ ਕਿਉਂ ਫਸੇ ਹੋਏ ਨੇ? ਕਿਸਾਨ ਡਰਦਾ ਹੈਗਾ, ਉਹ ਸਾਰਾ ਸਾਲ ਕੰਮ ਕਰਕੇ ਰਾਜੀ ਨਹੀਂ ਹੈਗਾ। ਕੀ ਹੈ ਨਾ, ਮਤਲਬ ਜਿਹੜਾ ਜ਼ਿਮੀਂਦਾਰ ਹੈਗਾ, ਮਤਲਬ ਸੰਘ ਮੰਨਦਾ ਹੈਗਾ ਕੰਮ ਕਰਨ ਤੋਂ। ਜਿਵੇਂ ਹੁਣ ਬਾਹਰੋਂ ਭਈ ਆਉਂਦੇ ਨੇਗੇ, ਰੇਹੜੀ ਲਾ ਲੈਂਦੇ ਨੇਗੇ, ਰੇਹੜੀ ਲਾ ਕੇ ਉਹ ਤਾਂ ਹਜੇ 4,000 ਰੁਪਇਆ ਦਿਹਾੜੀ ਪਾ ਕੇ ਲੈ ਜਾਂਦੇ ਨੇਗੇ। ਜਿਵੇਂ ਫੁੱਲ ਪਤਾਸਿਆਂ ਦੀ ਲਾ ਲੈ, ਮੰਨ ਲੈ ਵੀ ਰੇਹੜੀ ਲਾ ਲਈ, ਉਹ ਤਾਂ 4,000 ਦੀ ਦਿਹਾੜੀ ਪਾ ਲਈ ਉਹਨਾਂ ਨੇ। ਇਹ ਉੱਥੇ ਕੋਲ ਰੇਹੜੀ ਦੇ ਖੜਕੇ ਵੀ ਰਾਜੀ ਨਹੀਂ ਹੈਗੇ, ਫਿਰ ਪਹਿਲਾਂ ਪੈਸਾ ਕਿੱਥੋਂ ਆਊਗਾ? ਬੜੀ ਸ਼ਰਮ ਆਉਂਦੀ ਹੈਗੀ, ਅੱਜ ਖੇਤ ਮਾਨਸਾ ਤੋਂ ਉੱਤੇ ਰਹਿਣਗੇ, ਕੋਲ ਜੱਟ ਦੇ ਮੂਲੀਆਂ ਹੋਣਗੀਆਂ, ਦੱਸੋ ਆਪਦੇ ਖੇਤ 'ਚ ਨਹੀਂ ਮੂਲੀਆਂ ਲਾ ਸਕਦੇ, ਮੂਲੀਆਂ ਗਾਜਰਾਂ ਉੱਥੋਂ ਦੁਕਾਨ ਤੋਂ ਲੈ ਕੇ ਆਉਣਗੇ। ਕੱਦੂ ਵੀ ਕੀ ਜਾਂਦੇ ਪਿੰਡ? ਹਾਂ, ਕੱਦੂ ਵੀ ਕੀ ਜਾਂਦੇ ਨੇਗੇ, ਕੱਦੂ ਮੁੱਲ ਲੈ ਕੇ ਆਉਣਗੇ, ਫਿਰ ਸਰਕਾਰ ਨਾਲ ਲੜੀ ਜਾਂਦੇ ਨੇਗੇ, ਸਰਕਾਰ ਆਹ ਫਰੀ ਕਰਦੇ ਸਾਨੂੰ, ਸਰਕਾਰ ਆਹ ਫਰੀ ਕਰਦੇ, ਸਰਕਾਰ ਕਿਹਨੂੰ ਕੀ ਦੇ ਦੇ? ਅਤੇ ਜੇ ਕਿਸੇ ਦੇ ਘਰ ਬੱਕਰਾ ਹੈ ਜਾਂ ਬੱਕਰੀ ਆ, ਆਖਣਗੇ ਯਾਰ ਕੀ ਕੀਤਾ ਇਹ ਤਾਂ ਗਰੀਬਾਂ ਵਾਲਾ ਹੈਗਾ। ਮੈਨੂੰ ਵੀ ਬੜਿਆਂ ਨੇ ਕਿਹਾ ਸੀ ਪਹਿਲਾਂ ਜੇ ਕਿਹਾ ਸੀਗਾ, ਕਈ ਕਹਿੰਦੇ ਮੈਨੂੰ ਕਿ ਤੈਨੂੰ ਸੂਰਾਂ ਵਾਲਾ ਕਹਿਣ ਲੱਗ ਜਾਣਗੇ, ਮੈਂ ਕਿਹਾ ਵਧੀਆ ਯਾਰ, ਸੂਰ ਫਾਰਮ ਵਾਲਾ ਤਾਂ ਕਹਿਣਗੇ, ਨਾਲ ਫਾਰਮ ਤਾਂ ਜੁੜਿਆ ਹੋਇਆ ਨਾ, ਹੁਣ ਬੱਕਰੀ ਫਾਰਮ ਵਾਲਾ ਕਹਿੰਦੇ ਨੇਗੇ, ਯਾਰ ਉਹਦੇ ਬੱਕਰੀ ਫਾਰਮ ਹੈਗਾ, ਮਸ਼ਹੂਰੀ ਹੋ ਜਾਂਦੀ ਹੈ। ਹਾਂ, ਮਸ਼ਹੂਰੀ ਹੋ ਜਾਂਦੀ ਹੈ। ਜੇ ਸਹਾਇਕ ਧੰਦੇ ਕਰਨੇ ਹੁਣ, ਛੋਟਾ ਕਿਸਾਨ ਆ ਜਿਹਦੇ ਕੋਲ ਘੱਟ ਜ਼ਮੀਨ ਹੈ, ਤਾਂ ਉਹ ਕਿਹੜੇ ਸਹਾਇਕ ਧੰਦੇ ਨਾਲ ਜਾਂ ਕਿੰਨੇ ਸਕੇਲ ਨਾਲ ਸ਼ੁਰੂ ਕਰੇ, ਵੀ ਕਿੰਨੇ ਜਾਨਵਰ ਰੱਖ ਕੇ? ਇੱਕ ਛੋਟਾ ਕਿਸਾਨ ਹੈ ਜਿਹਦੇ ਕੋਲ 5 ਕਿੱਲੇ ਹੈਗੇ, ਉਹ ਹਰ ਸਾਲ 5 ਬੱਕਰੇ ਤਿਆਰ ਕਰ ਲਏ, 5 ਬੱਕਰੇ ਇੱਕ ਮੱਝ ਜਿੰਨਾ ਖਾਣਗੇ, ਉਹ ਹਰ ਸਾਲ 5 ਪਾ ਲਏ, ਉਹਦੇ 3 ਸਾਲ ਬਾਅਦ ਜਦੋਂ ਕੁਇੰਟਲ ਦਾ ਹੋ ਗਿਆ ਉਹਨੂੰ ਵੇਚਣਾ ਸ਼ੁਰੂ ਕਰਦੇ, ਘੱਟੋ ਘੱਟ 2,50,000 ਰੁਪਇਆ ਉਹ ਮਤਲਬ ਵੀ ਬੱਕਰਿਆਂ ਦਾ ਉਹ ਕਮਾ ਸਕਦਾ ਹੈਗਾ। ਹਾਂ, ਜਿਹੜੇ ਕੁਛ ਵੀ ਖੁਰਾਕ ਨਹੀਂ ਹੈ, ਉਹਨਾਂ ਨੇ ਨੀਰਾ ਹੀ ਖਾਣਾ ਹੈਗਾ, ਅਤੇ ਹਰਾ ਤਾਂ 10-15% ਹੀ ਹਰਾ ਪੈਂਦਾ ਇਹਨਾਂ ਨੂੰ।